ਜੀ ਅੱਜ ਅਸੀਂ ਮੰਮੀ ਡੈਡੀ ਦੇ ਮੈਰਿਜ ਦੀ ਐਲਬਮ ਦੇਖੀ ਤੇ ਕਿੰਨੇ ਦਿਨ ਹੋ ਗਏ ਦੇ ਦਿਲ ਕਰਦਾ ਸੀ ਕਿ ਦੇਖੀਏ ਤੇ ਅੱਜ ਫਿਰ ਹਾਰ ਕੇ ਮੰਮੀ ਕੋ ਮੰਗਾਈ ਐਲਬਮ ਤੇ ਮੰਮੀ ਦੇ ਕੇ ਗਏ ਥੋੜਾ ਟਾਈਮ ਹੋ ਗਿਆ ਤੇ ਬਹੁਤ ਹੀ ਵਧੀਆ ਐਲਬਮ ਵਾ ਤੇ ਮੰਮੀ ਬਹੁਤ ਹੀ ਜ਼ਿਆਦਾ ਸੋਹਣੇ ਲੱਗਣ ਡੇ ਸੀ ਤੇ ਪਹੀਆਂ ਪਹਿਲੀਆਂ 'ਚ ਬੰਦਾ ਚਲੋ ਸੋਹਣਾ ਲੱਗਦਾ ਉਸ ਜ਼ਮਾਨੇ ਦੇ ਵਿੱਚ ਮੰਮੀ ਉਹਨਾਂ ਦੀ ਵੀ ਬੜੀ ਟੌਹਰ ਸੀ ਕਿ ਉੱਧਰ ਮੇਰੀ ਮੰਮੀ ਦੀ ਵੀ ਇੱਧਰ ਵੀ ਮੰਮੀ ਬਹੁਤ ਸੋਹਣੇ ਲੱਗਦੇ ਸੀ ਤੇ ਹੁਣ ਵਿਚਾਰੀਆਂ ਦਾ ਚਲੋ ਸਰੀਰ ਹੋ ਗਿਆ ਵਾ ਥੋੜ੍ਹਾ ਭਾਰਾ ਪਹਿਲਾਂ ਸਾਡੇ ਵਾਂਗ ਹੁੰਦੀਆਂ ਸੀ ਫਰਕ ਦਾ ਟਾਈਮ ਹੁੰਦਾ ਸੋਹਣਾ ਲੱਗਦਾ ਬੰਦਾ ਬਾਕੀ ਦੇਖਦੇ ਫਿਰ ਮੇਰੇ ਫਾਦਰ ਸਾਹਿਬ ਨੂੰ ਅੱਜ 22-23 ਸਾਲ ਹੋ ਗਏ ਉਦੋਂ ਮੈਂ 9 ਸਾਲ ਦਾ ਸੀ ਜਦੋਂ ਮੇਰੇ ਫਾਦਰ ਸਾਹਿਬ ਪੂਰੇ ਹੋ ਗਏ ਅਤੇ ਹੁਣ ਉਹਨਾਂ ਦੀਆਂ ਐਲਬਮ ਦੇ ਵਿੱਚ ਕੁਝ ਫੋਟੋਆਂ ਵੇਖੀਆਂ ਤੁਹਾਨੂੰ ਵੀ ਦੇਖਦੇ ਹਾਂ ਦਿਖਾਓ ਤੁਹਾਨੂੰ ਵੀ ਦਿਖਾਉਂਦੇ ਹਾਂ ਅਤੇ ਬੜੀ ਮੁਸ਼ਕਲ ਦੇ ਨਾਲ ਅਸੀਂ ਇੱਥੇ ਤੱਕ ਪਹੁੰਚੇ ਹਾਂ ਅਤੇ ਕਿਉਂਕਿ ਕਿਸੇ ਦਾ ਬੱਚੇ ਦਾ ਕਿਸੇ ਦਾ ਵੀ ਹੈ ਨਾ ਮਾਂ ਪਿਓ ਨਹੀਂ ਮੰਨਣਾ ਚਾਹੀਦਾ ਖਾਸ ਕਰਕੇ ਬੱਚਿਆਂ ਦਾ ਮਾਂ ਪਿਓ ਜਿੰਨਾ ਚਿਰ ਬੱਚਾ ਭਾਵੇਂ ਵੱਡਾ ਚਾਹੇ ਛੋਟਾ ਵਾ ਮਾਂ ਪਿਓ ਸਾਥ ਹੀ ਰਹਿਣਾ ਚਾਹੀਦਾ ਵਾ ਇੱਕ ਜਣਾ ਵੀ ਸਾਥ ਛੱਡ ਜਾਏ ਤਾਂ ਬੜਾ ਔਖਾ ਹੁੰਦਾ ਜ਼ਿੰਦਗੀ ਦੇ ਵਿੱਚ ਅਤੇ ਬਾਕੀ ਇਹ ਕਿ ਐਲਬਮ ਦੇਖੀ ਅਤੇ ਥੋੜ੍ਹੇ ਇਮੋਸ਼ਨਲ ਹੋ ਗਏ ਕਿਉਂਕਿ ਡੈਡੀ ਜੀ ਇਹਨਾਂ ਦੇ ਉਦੋਂ ਡੈਥ ਉਹਨਾਂ ਦੀ ਹੋ ਗਈ ਜਦੋਂ ਇਹ 9 ਸਾਲ ਦੇ ਸੀ ਅਤੇ ਬਾਕੀ ਦੋਵਾਂ ਵੀਰਾਂ ਦਾ ਮੈਨੂੰ ਪਤਾ ਨਹੀਂ ਉਹਨਾਂ ਦੀ ਏਜ ਕਿੰਨੀ ਸੀ ਇਹ ਦੱਸਦੇ ਕਿ ਮੇਰੀ 9 ਸਾਲ ਸੀ ਅਤੇ ਉਦੋਂ ਦੇ ਇੱਦਾਂ ਹੋ ਗਏ ਅਤੇ ਐਲਬਮ ਦੇਖ ਕੇ ਬਹੁਤ ਜ਼ਿਆਦਾ ਇਮੋਸ਼ਨਲ ਹੋ ਗਏ ਸੀ ਆਪਾਂ ਰਹਿੰਦੇ ਨੇ ਅੰਮ੍ਰਿਤਸਰ ਤਰਨ ਤਾਰਨ ਰੋਡ 'ਤੇ ਮੁਰੱਬੇ ਵਾਲੀ ਗਲੀ ਦੇ ਵਿੱਚ ਸਾਡਾ ਘਰ ਸੀ ਪਹਿਲਾਂ 55 ਨੰਬਰ ਘਰ ਸੀ ਸਾਡਾ ਉੱਥੇ ਅਤੇ ਉਹਦੀਆਂ ਕੁਛ ਫੋਟੋਆਂ ਵੇਖੀਆਂ ਅਤੇ ਕੁਛ ਵੇਖੀਆਂ ਕੁਛ ਕਿਰਨਾਂ ਵੀ ਵਿਖਾਈਆਂ ਹੁਣ ਅਤੇ ਇੱਦਾਂ ਪਹਿਲਾਂ ਬੱਸਾਂ ਰਹਿੰਦੇ ਰਹੇ ਫਿਰ ਨਾਨਕੇ ਗਏ ਖਰਚਵਾਲ ਔਰ ਕਬੇਰੀਆਂ ਫਿਰ ਉਸ ਤੋਂ ਬਾਅਦ ਬਟਾਲੇ ਆਏ ਇੱਦਾਂ ਚਲੋ ਪਰਮਾਤਮਾ ਮਿਹਰ ਕਰੇ ਕਿ ਸਾਰਿਆਂ ਦਾ ਬੱਚਿਆਂ ਦੇ ਸਿਰ 'ਤੇ ਮਾਂ ਪਿਓ ਹੋਣਾ ਚਾਹੀਦਾ ਮਾਂ ਪਿਓ ਦੇ ਨਾਲ ਹੀ ਬਹਾਰਾਂ ਹੁੰਦੀਆਂ ਨੇ ਤੇ ਜਿਉਂਦੇ ਵਸਦੇ ਰਹਿਣ ਸਾਰੇ ਮਾਂ ਪਿਓ ਹੈਗਾ ਉਹ ਆਪਣੇ ਮਾਂ ਪਿਓ ਦੀ ਕਦਰ ਕਰਨ ਅਤੇ ਬਾਕੀ ਜ਼ਿੰਦਗੀ ਤੋਂ ਸਭ ਕੁਛ ਮਿਲ ਜਾਂਦਾ ਮਾਂ ਪਿਓ ਦਾ ਪਿਆਰ ਕਦੇ ਨਹੀਂ ਮਿਲਦਾ ਜਿੱਦਾਂ ਦਾ ਵੀ ਮਾਂ ਪਿਓ ਉਹਨਾਂ ਨੂੰ ਆਪਣੀ ਆਪਣੀ ਜਗ੍ਹਾ 'ਤੇ ਰੱਖੋ ਹਰ ਇੱਕ ਨੂੰ ਆਪਣੀ ਆਪਣੀ ਥਾਂ ਦਿਓ ਅਤੇ ਇਹ ਦੱਸਦੇ ਕਿ ਇਹ ਸਾਡੀ ਮੰਮੀ ਨੇ ਸਾਨੂੰ ਬੜੀ ਮੁਸ਼ਕਲ ਨਾਲ ਪਾਲਿਆ ਇਹਨਾਂ ਨੇ ਮੈਨੂੰ ਸਾਰਾ ਦੱਸਿਆ ਡੈਡੀ ਜੀ ਇੱਦਾਂ ਸਿਰ ਤੋਂ ਚਲੇ ਗਏ ਅਤੇ ਬਹੁਤ ਹੀ ਮੁਸ਼ਕਲ ਨਾਲ ਸਾਡਾ ਗੁਜ਼ਾਰਾ ਚੱਲਦਾ ਰਿਹਾ ਮੰਮੀ ਨੇ ਬਹੁਤ ਮੁਸ਼ਕਲ ਨਾਲ ਪੜ੍ਹਾਇਆ ਲਿਖਾਇਆ ਸਾਨੂੰ ਇੱਥੋਂ ਤੱਕ ਪਹੁੰਚਾਇਆ ਨਾਲ ਮਕਾਨ ਜਿਹੜਾ ਹੁੰਦਾ ਅੰਬਰਸਰ 56 ਨੰਬਰ ਆਹ ਸਾਡਾ ਪੁਰਾਣਾ ਘਰ ਆ ਮੈਂ ਵੇਖਣ ਡਿਆ ਵਿੱਚ ਹੁੰਦੀ ਆ ਸਾਊਂਡ ਦੀ ਆਵਾਜ਼ ਆਉਂਦੀ ਆ ਸੁਣਦੀ ਡੈਡੀ ਇਹ ਦੁਬਈ ਦੀਆਂ ਫੋਟੋਆਂ ਸਾਰੀਆਂ ਉਹਨਾਂ ਦੀਆਂ ਦੁਬਈ ਰਹਿੰਦੇ ਰਹੇ ਆ 15-20 ਸਾਲ ਦੁਬਈ ਰਹੇ ਨੇ ਆਹ ਸਾਰੀਆਂ ਬਾਹਰ ਦੀਆਂ ਤਸਵੀਰਾਂ ਵੇਖੋ ਰੋਟੀ ਬਣਾਉਣ ਡੇ ਕਿਚਨ ਦੇ ਵਿੱਚ ਸਭ ਬਾਹਰ ਦੀਆਂ ਫੋਟੋਆਂ ਨਾ ਬਾਹਰ ਦੀ ਬਿਲਡਿੰਗ ਲੈਣ ਕਿੱਦਾਂ ਪਹਿਲਾਂ ਬਣਦੀ ਹੁੰਦੀ ਹੈ ਹੁਣ ਤਾਂ ਮਾਹੌਲ ਹੀ ਚੇਂਜ ਹੋ ਗਏ ਸਾਰੇ ਨਾ ਮੇਰੇ ਡੈਡੀ ਆ ਮੰਮੀ ਮੇਰੀ ਦਾਦੀ ਇੱਦਾਂ ਹੁੰਦੇ ਮੇਰਾ ਚਾਚਾ ਨਾ ਮੇਰਾ ਮਾਮਾ ਨਾ ਮੇਰਾ ਡੈਡੀ ਆ ਮੇਰਾ ਵੱਡਾ ਮਾਮਾ ਨਾਦਲੀ ਵਾਲਾ ਮਾਮਾ ਵੀ ਇਹ
ਨਾ ਮੰਮੀ ਡੈਡੀ ਦੇ ਵਿਆਹ ਦੀ ਐਲਬਮ ਵਾ ਇਹਦੇ ਵਿੱਚ ਆ ਵੇਖੋ ਬਹੁਤ ਪੁਰਾਣੀਆਂ ਫੋਟੋਆਂ ਪਰ ਕਲੀਅਰ ਲੱਭਣ ਨਹੀਂ ਡਈਆਂ ਫਿੱਕੀਆਂ ਬਹੁਤ ਪੈ ਗਈਆਂ ਫੋਟੋ ਸਗਨ ਲੱਗਣ ਡਿਆ ਇੱਥੇ ਆ ਸਾਡੀ ਮਾਤਾ ਵੇ ਮੰਮੀ ਸਾਡੀ ਕਿਉਂ ਕਰ ਗੱਲ ਦਸੇਰਾ ਲੱਗਣ ਡਿਆ ਡੈਡੀ ਨੂੰ ਵੇਖੋ ਆ ਮੇਰਾ ਨਾਨਾ ਆ ਨਾਨੇ ਦਾ ਡੈਡੀ ਅਤੇ ਦਾਦੀ ਵਰਗਾ ਵੇਖਾ ਆ ਸਾਡਾ ਪੁਰਾਣਾ ਘਰ ਆ ਮੈਂ ਵੇਖਣ ਡਿਆ ਵਿੱਚ ਹੁੰਦੀ ਆ ਅੰਬਰਸਰ ਜਿਹੜਾ ਅੰਬਰਸਰ ਘਰ ਨੇ ਜਿਹੜਾ ਆ ਵੇਖ ਮੈਂ ਕਿੱਥੇ ਬੈਠਾ ਬਚਪਨ ਦੀਆਂ ਫੋਟੋਆਂ ਸਾਰਿਆਂ ਦੀਆਂ ਵੇਖੋ ਆ ਮੇਰਾ ਭਰਾ ਵੱਡਾ ਆ ਮੈਂ ਆ ਮਾਮਾ ਜੀ ਦਾ ਬੇਟਾ ਨਹੀਂ ਪਤਲੀ ਹੁੰਦੀ ਮੰਮੀ ਇੱਧਰ ਵੇਖ ਨਾ ਆ ਮੇਰੇ ਡੈਡੀ ਅਤੇ ਆ ਮੇਰੇ ਦਾਦਾ ਆ ਮੇਰਾ ਦਾਦਾ ਮੇਰੀ ਦਾਦੀ ਸਾਡਾ ਮਕਾਨ ਜਿਹੜਾ ਹੁੰਦਾ ਅੰਬਰਸਰ 56 ਨੰਬਰ ਮੁਖਤਾਰ ਸਿੰਘ ਕ੍ਰਿਸ਼ਨਾ ਨਗਰ ਇੱਧਰ ਵੇਖਾਂ ਮੈਂ ਆ ਮੇਰਾ ਭਰਾ ਆ ਗੁਲਾਬ ਸਿੰਘ ਆ ਵੱਡਾ ਭਈਆ ਆ ਮੈਂ ਆ ਮੰਮੀ ਆ ਮੇਰੀ ਨਾਨੀ ਸਾਡੀਆਂ ਫੋਟੋਆਂ ਵੇਖੋ ਸਕੂਲੋਂ ਆਣ ਕੇ ਬੈਡ ਸਾਡਾ ਟੀ ਵੀ ਜੇ ਆਪਾਂ ਹੁਣ ਹੀ ਹੋਇਆ ਥੋੜ੍ਹਾ ਟਾਈਮ ਵੇਚਿਆ ਵਾ 2 ਸਾਲ ਪਹਿਲਾਂ ਹੀ ਬੜਾ ਟਾਈਮ ਚਲਾਇਆ ਟੀ ਵੀ ਆਪਾਂ ਆ ਸਾਡਾ ਘਰ ਹੀ ਜਿਹੜਾ ਅੰਮ੍ਰਿਤਸਰ ਉਹਨਾਂ ਦੀਆਂ ਫੋਟੋਆਂ ਕੁਛ ਅੰਦਰੋਂ ਗੇਟ ਦੀਆਂ ਇੱਧਰ ਨਾਨੀ ਆਲੂ ਛਿੱਲਣ ਡਈ ਜਦੋਂ ਵੱਡੇ ਮਨਾਇਆ ਜਾਣ ਡਿਆ ਹਾਂ ਮੇਰਾ ਨਾਨਾ ਬਾਕੀ ਦਾ ਤੈਨੂੰ ਪਤਾ ਨਹੀਂ ਵੈਸੇ ਵੇਖਾ ਕੌਣ ਹੈਲੋ ਕੰਨ ਕਿੱਦਾਂ ਬਾਹਰ ਕੱਢੇ ਕੌਲੀ ਸਕੂਲੇ ਬਾਬਾ ਐਸ ਕੀਤੀ ਹਣੀ ਮਣੀ ਖਲੋਤੇ ਦੋਵੇਂ ਮੰਮੀ ਸਾਡੀ ਮਾਸੀ ਮਾਸੜ ਮੰਮੀ ਦੇ ਮੰਮੀ ਨਾਨੀ ਜੀ ਪੁਰਾਣੀਆਂ ਯਾਦਾਂ ਇਹਨਾਂ ਦੀਆਂ ਨਾਨੀ ਜੀ ਬੜਾ ਸਾਥ ਦਿੱਤਾ ਸਾਡਾ ਇਹਨਾਂ ਨੇ ਬਹੁਤ ਜ਼ਿਆਦਾ